साल बाद वोटा मंगने आते डोर टू डोर, उस तो बिना वो पांच साल कभी नज़र नहीं आते। जी गल कहते स्मार्ट सिटी, स्मार्ट सिटी वो सिर्फ अपने एरिए जिते रेंदे है ना, कोई एम एल ए रहा, कोई अपना मेयर रहा, जो अपने अपने कौंसलर रेंदे वो अपना वधिया बना लेंगे, अदरवाइज बाकी बढ़ गई ढट्ठे खूह च, इहनू स्मार्ट सिटी कहते हैं। भाई साहब वो कभी नज़र नहीं आए सानू, पांच साल च मैं कद नहीं देखे, एक बार देखे सिर्फ पांच साल पहला जो डोर टू डोर हाथ जोड़ के आए थे, भाजी वोट दे दो, भाजी वोट जरूर पाइयो, असं आप कांग्रेसी हैं, ये वो यार कांग्रेसी अपने आ जां बगाने आ, जिहड़ा मर्जी हर बंदा अपना आ, जिहड़ा काम करता वो अपना, जिहड़ा काम नहीं करता कोई साडा नहीं। पहला नशा विकाओ फिर फड़ाओ फिर छड़ाओ। विधायक नहीं है जो ना कभी मिले कभी जिंदगी ना कोई लेना ना कोई देना, ਅਸੀਂ ਇੱਦਾਂ ਹੀ 20 ਸਾਲ ਹੋ ਗਏ ਸਾਨੂੰ ਦੇਖਦੇ, ਇੱਦਾਂ ਹੀ ਧੱਕੇ ਖਾ ਰਹੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਐਨਕਾਊਂਟਰ ਨਿਊਜ਼ ਅਤੇ ਮੈਂ ਹਾਂ ਹਰਸ਼ ਮਹਿਰਾ। ਇਸ ਟਾਈਮ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਲੰਧਰ ਦਾ ਸੈਂਟਰ ਹਲਕਾ ਕਾਜੀ ਮੰਡੀ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ 2022 ਦੀਆਂ ਆਗਾਮੀ ਚੋਣਾਂ ਜਿਹੜੀਆਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ, ਹਰੇਕ ਪਾਰਟੀ ਆਪਣਾ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਵੋਟ ਜਿਹੜੀ ਹੈ ਅਕਸਰ ਇਹ ਸਾਨੂੰ ਪਾਈ ਜਾਵੇ। ਹਰੇਕ ਪਾਰਟੀ ਵਾਅਦੇ ਕਰਦੀ ਹੈ, ਲੇਕਿਨ ਕਿੰਨੀ ਕਿ ਉਹ ਵਾਅਦਿਆਂ ਦੇ ਉੱਤੇ ਖਰੀ ਉਤਰਦੀ ਹੈ। ਅੱਜ ਅਸੀਂ ਮੌਜੂਦਾ ਕਾਜੀ ਮੰਡੀ ਦੇ ਵਿੱਚ ਇੱਥੇ ਲੋਕਾਂ ਦੀ ਰਾਏ ਜਾਣਨ ਦੇ ਲਈ ਇੱਥੇ ਪਹੁੰਚੇ ਹੋਏ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੇਰੀ ਪਿਛਲੀਆਂ ਤਸਵੀਰਾਂ ਜਿਹੜੀਆਂ ਇਸ ਟਾਈਮ ਇਹ ਕਾਜੀ ਮੰਡੀ ਦਾ ਮੇਨ ਜਿਹੜਾ ਫਲਾਈਓਵਰ ਹੈ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਸ ਜਗ੍ਹਾ ਦੇ ਉੱਤੋਂ ਨਿਕਲਦੇ ਨੇ। ਨਾਲ ਦੀ ਨਾਲ ਇਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਇੱਥੇ ਕਰਾਂਗੇ ਕਿ ਜਿਹੜੇ ਲੋਕ ਇੱਥੇ ਨਿਕਲ ਰਹੇ ਉਹਨਾਂ ਨੂੰ ਕਿੰਨੀ ਕੁ ਪਰੇਸ਼ਾਨੀਆਂ ਆਉਂਦੀਆਂ ਨੇ, ਅਤੇ ਉਹ ਕਿਹਨਾਂ ਨੂੰ ਇਸ ਵਾਰ ਜਿਹੜੀ ਹੈ ਉਹ ਵੋਟ ਜਿਹੜੀ ਹੈ ਉਹ ਪਾਉਣਾ ਚਾਹੁੰਦੇ ਨੇ। ਲੋਕ ਇੱਥੇ ਜਿਹੜੇ ਨਿਕਲ ਰਹੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆਪਾਂ। ਸਰ ਕੀ ਨਾਮ ਹੈ ਜੀ? ਸਤੀਸ਼ ਕੁਮਾਰ। ਭਾਅ ਜੀ ਕਿੱਦਾਂ ਦੇਖਦੇ ਹੋ ਇਹ 2022 ਦੀਆਂ ਆਗਾਮੀ ਚੋਣਾਂ ਆ ਰਹੀਆਂ ਨੇ, ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਹਰੇਕ ਪਾਰਟੀ ਆਪਣਾ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੀ ਹੋਈ ਹੈ, ਇਸ ਸਾਲ ਕਿਸ ਨੂੰ ਵੋਟ ਪਾਉਣਾ ਚਾਹੁੰਦੇ ਹੋ? ਜੇਕਰ ਇਸ ਟਾਈਮ ਮੌਜੂਦਾ ਟਾਈਮ ਦੇ ਵਿੱਚ ਦੇਖੀਏ ਤਾਂ ਆਪ ਲਈ, ਪੰਜਾਬ ਲਈ ਆਪ ਬਹੁਤ ਵਧੀਆ ਕੰਮ ਕਰ ਰਹੀ ਹੈ। ਉਹਦੇ ਕੈਂਡੀਡੇਟ ਆ ਜਿਹੜੇ ਜੋ ਵੀ ਐਲਾਨੇ ਗਏ ਕੈਂਡੀਡੇਟ ਹੈਗੇ ਆ ਉਹ ਘਰ ਘਰ ਦੇ ਵਿੱਚ ਆ ਰਹੇ ਆ, ਬਾਕੀ ਹੋਰ ਪਾਰਟੀਆਂ ਨੂੰ ਛੱਡ ਕੇ ਆਪ ਦੇ ਜ਼ਿਆਦਾ ਕਾਰਜਕਰਤਾ ਕੰਮ ਕਰ ਰਹੇ ਆ ਇਸ ਟਾਈਮ। ਮੌਜੂਦਾ ਵਿਧਾਇਕ ਜਿਹੜੇ ਆ ਤੁਸੀਂ ਕਿੱਥੇ ਰਹਿਣ ਵਾਲੇ ਹੋ ਪਹਿਲਾਂ ਤਾਂ ਇਹ ਦੱਸ ਦਿਓ। ਮੈਂ ਜਲੰਧਰ ਸੈਂਟਰ ਦਾ। ਜਲੰਧਰ ਸੈਂਟਰ ਦਾ। ਸੈਂਟਰਲ ਦੇ ਵਿੱਚ ਮੌਜੂਦਾ ਵਿਧਾਇਕ ਰਜਿੰਦਰ ਵੇਰੀ ਨੇ, ਕਿਵੇਂ ਦੇਖਦੇ ਹੋ ਉਹਨਾਂ ਦੇ 5 ਸਾਲ ਦੀ? ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ, ਹਰ ਗਰੀਬ ਨਾਲ ਕੰਮ ਕੀਤਾ, ਪਰ ਜੋ ਅੱਜ ਦੇ ਹਾਲਾਤ ਹੈਗੇ ਆ ਉਹਦੇ ਮਤਲਬ ਦੇਖੀਏ ਤਾਂ ਆਪ ਕੁਝ ਜ਼ਿਆਦਾ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ। ਆਪ ਨੂੰ ਵੋਟ ਪਾਉਣਾ ਤੁਸੀਂ ਚਾਹੁੰਦੇ ਹੋ? ਨਹੀਂ, ਅਸੀਂ ਪੱਕੇ ਕਾਂਗਰਸੀ ਹਾਂ ਜੀ, ਅਸੀਂ ਕਾਂਗਰਸੀ ਹਾਂ, ਸ਼ੁਰੂ ਤੋਂ ਕਾਂਗਰਸੀ ਹਾਂ, ਸਾਡੇ ਪੇਰੈਂਟਸ ਸਾਡੇ ਫਾਦਰ ਸਾਰੇ ਕਾਂਗਰਸੀ ਹੈ, ਪੱਕੇ ਅਸੀਂ ਕਾਂਗਰਸੀ ਹਾਂ, ਕਾਂਗਰਸ ਨੂੰ ਹੀ ਵੋਟ ਪਾਉਣੀ ਹੈ ਜੀ। ਭਾਅ ਜੀ ਕਿਵੇਂ ਦੇਖਦੇ ਹੋ ਕਿ ਕਾਜੀ ਮੰਡੀ ਦੇ ਹਾਲਾਤ? ਇਹ ਅਕਸਰ ਇੱਥੇ ਜਦੋਂ ਨਿਕਲਦੇ ਹਾਂ ਕੂੜਾ ਕਰਕਟ ਦੇਖਣ ਨੂੰ ਮਿਲਦਾ ਹੈ, ਇੱਥੇ ਕਈ ਜਗ੍ਹਾ 'ਤੇ ਤੁਸੀਂ ਦੇਖਦੇ ਹੋ ਕਿ ਮੇਨ ਰੋਡ ਜਿਹੜਾ ਇਹ ਫਲਾਈਓਵਰ ਨੂੰ ਚੜ੍ਹਦਾ ਹੈ, ਪਹਿਲਾਂ ਤਾਂ ਇੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਕੂੜਾ ਕਚਰਾ ਕਿੰਨਾ, ਦਿੱਕਤਾਂ ਨਿਕਲ 'ਚ ਪ੍ਰੋਬਲਮ ਆਉਂਦੀ, ਉਸ ਨੂੰ ਕਿਸ ਨਜ਼ਰੀਏ ਨਾਲ ਦੇਖ? ਇੱਕ ਪਾਸੇ ਤਾਂ ਜਲੰਧਰ ਨੂੰ ਸਮਾਰਟ ਸਿਟੀ ਕਿਹਾ ਜਾਂਦਾ, ਲੱਗਦਾ ਕਿ ਸਮਾਰਟ ਸਿਟੀ ਹੈ? ਸਮਾਰਟ ਸਿਟੀ ਕੁਛ ਏਰੀਏ ਜ਼ਰੂਰ ਉਹ ਦੇ ਰਹੇ ਆ ਜਿੱਥੇ ਕੋਈ ਮੌਜੂਦਾ ਐੱਮ ਐੱਲ ਏ ਆ ਜਾਂ ਮੌਜੂਦਾ ਕੋਈ ਲੋਕ ਹੈਗੇ ਜਿਹੜੇ ਅੱਛੇ ਲੋਕ VIP ਲੋਕ ਰਹਿੰਦੇ ਆ ਉਹਨੂੰ ਜ਼ਿਆਦਾ ਪਹਿਲ ਦੇ ਰਹੇ ਆ, ਬਾਕੀ ਗਰੀਬ ਤਬਕਾ ਜਿਹੜਾ ਸਲਮ ਏਰੀਆ ਹੈਗਾ ਉੱਧਰ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ, ਨਾ ਨਗਰ ਨਿਗਮ ਦਿੰਦੀ ਆ ਅਤੇ ਨਾ ਮੌਜੂਦਾ ਪਾਰਸ਼ਦ ਆ, ਨਾ ਮੌਜੂਦਾ ਕੋਈ ਐੱਮ ਐੱਲ ਏ ਸਾਈਡ ਨੂੰ ਕੋਈ ਧਿਆਨ ਦਿੰਦੇ ਆ। ਬਹੁਤ ਬਹੁਤ ਧੰਨਵਾਦ ਭਾਅ ਜੀ। ਤੁਸੀਂ ਸਰ ਆਪਣੇ ਜਿਹੜੇ ਨਾ ਉਹ ਸਿਰਫ 5 ਸਾਲ ਬਾਅਦ ਵੋਟਾਂ ਮੰਗਣ ਆਉਂਦੇ ਆ ਡੋਰ ਟੂ ਡੋਰ, ਉਸ ਤੋਂ ਬਿਨਾਂ ਉਹ 5 ਸਾਲ ਕਦੀ ਨਜ਼ਰ ਨਹੀਂ ਆਉਂਦੇ। ਜਿਹੜੀ ਗੱਲ ਕਹਿੰਦੇ ਸਮਾਰਟ ਸਿਟੀ, ਸਮਾਰਟ ਸਿਟੀ ਉਹ ਸਿਰਫ ਆਪਣੇ ਏਰੀਏ ਜਿੱਥੇ ਇੱਥੇ ਰਹਿੰਦੇ ਆ ਨਾ, ਕੋਈ ਐੱਮ ਐੱਲ ਏ ਰਹਿੰਦਾ, ਕੋਈ ਆਪਣਾ ਮੇਅਰ ਰਹਿੰਦਾ, ਜਾਂ ਜਿਹੜਾ ਆਪਣੇ ਆਪਣੇ ਕੌਂਸਲਰ ਰਹਿੰਦੇ ਆ ਉਹ ਆਪਣਾ ਵਧੀਆ ਬਣਾ ਲੈਂਦੇ ਨੇ, ਅਦਰਵਾਈਜ਼ ਬਾਕੀ ਵੜ ਗਈ ਢੱਠੇ ਖੂਹ 'ਚ। ਕੋਈ ਸਮਾਰਟ ਸਿਟੀ ਕੌਣ ਕਹਿੰਦਾ ਸਮਾਰਟ ਸਿਟੀ? ਆ ਮਾਰਿਓ ਮਾਰਿਓ ਕੈਮਰਾ ਮਾਰਿਓ, ਕਿਹੜਾ ਸਮਾਰਟ ਸਿਟੀ ਕਹਿੰਦਾ ਤੁਹਾਨੂੰ ਇਹ? ਆ ਸਮਾਰਟ ਸਿਟੀ ਆ, ਉਹ ਬੋਰਡ 'ਤੇ ਕੈਮਰਾ ਮਾਰਿਓ, ਦੇਖੋ ਲਿਖਿਆ ਸ਼੍ਰੀ ਦੇਵੀ ਤਲਾ ਮੰਦਰ, ਠੀਕ ਹੈ ਜੀ, ਦੇਵੀ ਤਲਾ ਮੰਦਰ ਦਾ ਰਸਤਾ ਇੱਥੋਂ ਹੋ ਕੇ ਜਾਂਦਾ ਜੀ ਕਚਰੇ 'ਚੋਂ, ਦੇਵੀ ਤਲਾ ਮੰਦਰ ਦਾ ਰਸਤਾ ਦੇਵੀ ਤਲਾ ਦਾ ਇੱਥੋਂ ਕਚਰੇ 'ਚੋਂ ਹੋ ਕੇ ਫਿਰ ਦੇਵੀ ਤਲਾ ਨੂੰ ਜਾਂਦਾ, ਤੁਸੀਂ ਇਹ ਦੇਖ ਲਓ। ਇਹਨੂੰ ਸਮਾਰਟ ਸਿਟੀ ਕਹਿੰਦੇ ਆ? ਕੌਣ ਕਹਿੰਦਾ ਸਮਾਰਟ ਸਿਟੀ ਆ ਇਹ? 5 ਸਾਲ 'ਚ ਕਿਹੜੇ ਵਿਧਾਇਕ ਨੇ, ਕਿਹੜੇ ਐੱਮ ਐੱਲ ਏ ਨੇ ਕੰਮ ਕੀਤਾ ਦੱਸੋ ਮੈਨੂੰ। ਇੱਥੇ ਮੌਜੂਦਾ ਵਿਧਾਇਕ ਨੇ ਰਜਿੰਦਰ ਵੇਰੀ ਜੀ। ਰਜਿੰਦਰ ਵੇਰੀ ਜੀ ਭਾਈ ਸਾਹਿਬ ਉਹ ਕਦੀ ਨਜ਼ਰ ਨਹੀਂ ਆਏ ਸਾਨੂੰ,
पांच साल च मैं उन्होंने कभी नहीं देखा, एक बार देखे सिर्फ पांच साल पहला जो डोर टू डोर हाथ जोड़ के आए थे भाजी वोट दे दो भाजी वोट जरूर पाइयो असं आप कांग्रेसी हैं ये वो यार कांग्रेसी अपने आ जां बगाने आ जिहड़ा मर्जी हर बंदा अपना आ जिहड़ा काम करता वो अपना जिहड़ा काम नहीं करता कोई साडा नहीं दसो भाजी पब्लिक नूं पुछो जिहड़ा बंदा काम करता वो साडा जिहड़ा काम नहीं करता वो साडा नहीं। इस बार 20 फरवरी चोणां आ रही ने किस नूं वोट पाना चाहुंदे सर अभी वोट सिर्फ उस बंदे नूं पानी है जिहड़ा साडा काम करूगा जिहड़ा बंदा काम करूगा सानू कोई बीजेपी ना नहीं कोई आम ना नहीं कोई कांग्रेस ना नहीं कोई किसी ना नहीं पर हाँ जिहड़ा मैं तुहानू हुणी अगे भी दस्सिया सीगा कि मैं जिहड़े बंदे को जाके सवेरे कंप्लेन की शाम नूं वाला मेरा काम करदा मेरे लिए तां वह विधायक आ वह चाहे मौजूदा होवे चाहे मौजूदा ना होवे ठीक है जी। इस करके स्मार्ट सिटी के सपने भुल जाओ कोई स्मार्ट सिटी नहीं हुण किन्नी महंगाई हो गई आ रोटी खाने मुश्किल हो पई आ घरां दे काम करने मुश्किल होया हुण तुसीं देखो एक छोटे जिहे सीवरेज पिछे सर मैनूं धक्के खाने पै रहे 6 महीने तो तरले कढ रहे मैं कौंसलर दे MLA कोई नज़र आता किसी ने काम किया किसी ने पुछे नहीं किया यार स्मार्ट सिटी देख लो तुसीं आ स्मार्ट सिटी देख लो हाल देख लो तुहानूं मैं दस्सन दिया किहड़े बंदे जिहड़े मर्जी बंदे नूं पुछ लो तुसीं सब बेरोजगार आ सारे बेरोजगार घूमन दे आ पढ़े पढ़े लिखे बंदे बेरोजगार घूमन दे आ असीं नौ नौ पढ़ के 10-10 पढ़ के भाई बेरोजगार घूमन दे आ साडे माता पिता ने भी पार्टियां वास्ते बहुत कुछ किया पर बंदे नहीं सोचते पे वोटां आ रही ने नज़दीक की लगता है कि इस बार किसनों वोट पानी चाहिए देखो हुण जिहड़ा कोई वोट तो हुण पानी आ भाई हुण किसे दस के थोड़ो पानी आ पावांगे तो फिर हुण देखो जिहड़ा बंदा काम करदा वधिया उहनूं पा दांगे वोट यही कर सकते हैं इत्थे तो काम ही हुण तुहानूं पता काई मंडी कितें भी दे लो थोड़े काम होंदे इत्थे इत्थे तो दूजे काम जेकर गल करिए कि इहो जिहियां गल्लां बातां भी निकल के आउंदियां काजी मंडी दे विच नशा बहुत विकदा है काजी मंडी दे विच चोरी दी चीज़ चोर जिन्ने सारे ये आप ही बकांदे आ आप ही बकांदे आप ही फड़ाउंदे आप ही छड़ाउंदे आप ही बकांदे आ हां जी ये इक ना ये सर्कल बने चेन बनी हुई आ पहला नशा बकाओ फिर फड़ाओ फिर छड़ाओ इन्ना की हुंदा इन्ना रोजगार चलदा रोटी मिलदी आ ते बंदियां नूं सहानुभूति मिलदी असीं तुहाडे नाल ਤੁਹਾਡਾ ਕੀ ਨਾਮ ਪੁੱਛੋ ਮੇਰਾ ਨਾਮ ਬੰਡੀ ਹੈ ਜੀ 22 ਦੀਆਂ ਚੋਣਾਂ ਆ ਰਹੀਆਂ ਨੇ 2022 ਦੀਆਂ ਚੋਣਾਂ ਕਿਸ ਨੂੰ ਵੋਟ ਪਾਉਣਾ ਚਾਹੁੰਦੇ ਭਾਜੀ ਮੈਨੂੰ ਤਾਂ ਜਿਹੜਾ ਕਹਿ ਦੇ ਮੈਂ ਉਹਨੂੰ ਪਾ ਦੇਣੀ ਆ ਜਿਹੜਾ ਮੇਰਾ ਕੰਮ ਕਰੂ ਮੈਂ ਉਹਨੂੰ ਪਾ ਦੇਣੀ ਆ ਪਹਿਲੇ ਮੈਂ ਕੰਮ ਕਰਾਉਣਾ ਫਿਰ ਮੈਂ ਵੋਟ ਪਾ ਦੇਣੀ ਸਾਡੇ ਨਾਲ ਹੋਰ ਵੀ ਇੱਥੇ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਜਿੰਨੇ ਵੀ ਇੱਥੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਇੱਥੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਨਾਲ ਦੀ ਨਾਲ ਅਸੀਂ ਇੱਥੇ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਿਹੜੇ ਇੱਥੇ ਲੋਕ ਜਿਹੜੇ ਨੇ ਦੁਕਾਨਾਂ ਲਗਾ ਕੇ ਖੜੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ 2022 ਦੀਆਂ ਚੋਣਾਂ ਆ ਰਹੀਆਂ ਨੇ ਕਿਸ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਅਸੀਂ ਆਮ ਪਾਰਟੀ ਨੂੰ ਪਾਉਣਾ ਆਮ ਆਦਮੀ ਪਾਰਟੀ ਚੱਲੂਗੀ ਐਤਕੀ ਐਤਕੀ ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਵੇਗਾ ਇਹ ਸਾਰਿਆਂ ਦਾ ਹੁਣ ਇਹੀ ਚੱਕਰ ਹੈ ਕਿ ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਵੇ ਆਮ ਆਦਮੀ ਪਾਰਟੀ ਨੂੰ ਮੌਜੂਦਾ ਵਿਧਾਇਕ ਨੇ ਜਿਹੜੇ ਇੱਥੇ ਰਜਿੰਦਰ ਬੇਰੀ ਸਾਹਿਬ ਸਾਨੂੰ ਤਾਂ ਕਦੀ ਕੰਟੈਕਟ ਹੀ ਨਹੀਂ ਹੋਇਆ ਉਹਨਾਂ ਨਾਲ ਨਾ ਕਦੀ ਮਿਲੇ ਕਦੀ ਜ਼ਿੰਦਗੀ 'ਚ ਨਾ ਕੋਈ ਲੈਣਾ ਨਾ ਕੋਈ ਦੇਣਾ ਅਸੀਂ ਇੱਦਾਂ ਹੀ 20 ਸਾਲ ਹੋ ਗਏ ਸਾਨੂੰ ਦੇਖਦੇ ਇੱਦਾਂ ਹੀ ਧੱਕੇ ਖਾ ਰਹੇ ਹਾਂ ਸਾਡੇ ਕੋਈ ਸੁਣਵਾਈ ਨਹੀਂ ਬਾਹਰਲੇ ਬੰਦੇ ਦੇਖ ਲਓ ਬਾਹਰਲੇ ਸਟੇਟਾਂ 'ਚ ਜਿਹੜੇ ਆਏ ਆ ਉਹਨਾਂ ਦੀਆਂ ਕਿੰਨੀਆਂ ਤਰੱਕੀਆਂ ਹੋ ਗਈਆਂ ਵਾ ਇੱਥੇ ਜਿਹੜੇ ਮੌਜੂਦਾ ਦੇ ਬੰਦੇ ਆ ਉਹ ਦੇਖ ਲਓ ਤੁਸੀਂ ਕੀ ਕਰ ਰਹੇ ਆ ਜਾਂ ਕੱਲ੍ਹ ਤੁਸੀਂ ਆ ਕੇ ਦੇਖ ਲਓ ਜਾਂ ਹੁਣ ਕਰਾ ਲਓ ਕਿ ਇੱਥੇ ਦੇ ਮੁੰਡੇ ਕੀ ਕਰਦੇ ਕੀ ਨਹੀਂ ਕਰਦੇ ਵੱਧ ਤੋਂ ਵੱਧ ਨਸ਼ਾ ਕਰਨ ਡੇ ਆ ਚੋਰੀਆਂ ਕਰਨ ਡੇ ਆ ਇੱਕ ਦੂਜੇ ਦਾ ਕਰਕੇ ਇੱਦਾਂ ਟਾਈਮ ਪਾਸ ਕਰਨ ਡੇ ਆ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇੱਥੇ ਇਹਨਾਂ ਦੀ ਇਹੀ ਆ ਕਿ ਤੁਸੀਂ ਆਪਣਾ ਇੱਥੇ ਆਪਣਾ ਇੱਦਾਂ ਕਰੋ ਤਾਂ ਕਮਾਓ ਖਾਓ ਬਾਹਰਲੇ ਸਟੇਟਾਂ ਦੇ ਬੰਦੇ ਕਾਮਯਾਬ ਆ ਬਾਹਲੇ ਉਹਨਾਂ ਨੇ ਕੀਤਾ ਹੋਇਆ ਵਾ ਇਸ ਵਾਰ ਜਿਹੜੀ ਵੋਟ ਪਾਉਣਾ ਚਾਹੁੰਦੇ ਤੁਸੀਂ ਕਹਿਣਾ ਚਾਹੁੰਦੇ ਕਿਸੇ ਆਮ ਆਦਮੀ ਪਾਰਟੀ ਨੂੰ ਵੋਟ ਹਾਂਜੀ ਆਮ ਆਦਮੀ ਪਾਰਟੀ ਨੂੰ ਜਾਊਗੀ ਵੋਟ ਅੱਗੇ ਸੋ ਸਾਡੇ ਨਾਲ ਇੱਥੇ ਹੋਰ ਵੀ ਇੱਥੇ ਲੋਕ ਜਿਹੜੇ ਖੜੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਕਲ ਜੀ 2022 ਦੀਆਂ ਚੋਣਾਂ ਆ ਗਈਆਂ ਨੇ ਹਾਂਜੀ 20 ਤਰੀਕ ਨੂੰ ਚੋਣਾਂ ਹੈ ਹਾਂਜੀ ਕਿਸੇ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਮੈਂ ਤਾਂ ਕਹਿੰਦਾ ਵੀ ਕੋਈ ਪਾਰਟੀ ਉਹ ਆਵੇ ਕਿ ਜਿਹੜੀ ਇਮਾਨਦਾਰ ਨਾ ਹੋਵੇਗੀ ਕਿ ਇਮਾਨਦਾਰ ਨਾ ਹੋਵੇ ਜੀ ਨਾ ਹੋਵੇ ਜੀ ਕਿਉਂਕਿ ਬਹੁਤ ਪਾਰਟੀਆਂ ਨੇ ਧੋਖੇਬਾਜ਼ੀ ਇੰਨੀ ਕੀ ਕੀਤੀ ਆ ਕਿ ਜਿੱਦਾਂ ਕਹਿੰਦੇ ਜੀ ਹਾਥੀ ਕੇ ਦਾਂਤ ਦਿਖਾਣੇ ਕੋ ਔਰ ਖਾਣੇ ਕੋ ਔਰ ਪਾਰਟੀ ਉਹ ਆਵੇ ਕਿ ਜਿਹੜਾ ਜੋ ਕਵੇ ਉਹ ਕਰਕੇ ਦਿਖਾ ਲੇ ਜੀ ਕਿ ਅਸੀਂ ਪੰਜਾਬ ਨੂੰ ਆਪਣਾ ਖੁਸ਼ਹਾਲ ਬਣਾਉਣਾ ਚਾਹੁੰਦੇ ਹਾਂ ਔਰ ਸਾਡੀ ਤਾਂ ਇੱਥੇ ਤੱਕ ਉਮੀਦ ਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਜੀ ਹਾਂਜੀ ਭਾਅ ਜੀ ਤੁਹਾਡਾ ਵੀ ਇੱਥੇ ਕੰਮ ਕਾਜ ਹਾਂਜੀ ਆਹੀ ਦੁਕਾਨ ਕੋਕਾ ਕਿਵੇਂ ਦੇ ਦਿਓ 2022 ਦੀਆਂ ਚੋਣਾਂ ਆ ਰਹੀਆਂ ਨੇ ਵੋਟ ਬਣੀ ਹੋਈ ਹੈ ਆਮ ਆਦਮੀ ਪਾਰਟੀ ਨੂੰ ਦੇਵਾਂਗੇ ਜੀ ਵੋਟ ਬਣੀ ਹੋਈ ਹੈ ਤੁਹਾਡੀ ਬਣੀ ਹੋਈ ਹੈ ਇਸ ਟਾਈਮ ਜਿਹੜੀ ਹੈ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਕੀ ਕਾਰਨ ਕੀ ਹੈ ਕਿਉਂਕਿ ਕੁਛ ਦਿਖ ਨਹੀਂ ਰਿਹਾ ਹੈਗਾ ਆ ਇੱਦਾਂ ਦੇਖੋ ਤੁਹਾਡੇ ਸਾਹਮਣੇ ਕਿੰਨਾ ਕੂੜਾ ਪਿਆ ਕੋਈ ਸਫਾਈ ਨਹੀਂ ਹੈਗੀ ਆ ਅੱਗੇ ਜਾ ਕੇ ਤੁਸੀਂ ਸਾਡੇ ਕੋਲੇ ਜਾ ਕੇ ਦੇਖ ਲਓ ਪੱਲੀ ਸਵਾਮੀ ਨੂੰ ਆਪਾਂ 2-3 ਵਾਰੀ ਕਹਿ ਕੇ ਆ ਗਏ ਹੈਗੇ ਉੱਧਰ ਜਾ ਕੇ ਦਫ਼ਤਰ 'ਚ ਰਿਪੋਰਟ ਲਿਖਾ ਕੇ ਆ ਗਏ ਸਾਡਾ ਗਟਰ ਨਹੀਂ ਖੁਲਵਾਉਂਦੇ ਪਏ ਗਟਰ ਭਰਿਆ ਹੋਇਆ ਗਲੀ 'ਚ ਨਾਲਾ ਬਣਿਆ ਹੋਇਆ ਪੂਰਾ 10 ਨੰਬਰ ਗਲੀ ਉੱਧਰ ਕਰਦੇ ਕੌਣ ਨੇ ਇੱਥੇ ਦੇ ਜਿਹੜੇ MC ਨੇ ਕੌਂਸਲਰ ਆ ਇੱਥੇ ਦੇ ਤੁਸੀਂ ਕਰਦੇ ਹੋ ਤਾਂ ਕੀ ਕਿਹਾ ਜਾਂਦਾ ਉਹਨਾਂ ਨੂੰ ਮੈਂ ਨਹੀਂ ਗਿਆ ਸੀਗਾ ਗਲੀ ਵਾਲੇ ਗਏ ਸੀਗੇ ਮੈਂ ਦੁਕਾਨ 'ਤੇ ਹੁੰਦਾ ਹਾਂ ਸਾਡਾ ਗਟਰ 1 ਮਹੀਨੇ ਤੋਂ ਉੱਪਰ ਹੋ ਗਿਆ ਉਹ ਸਹੀ ਸਾਫ਼ ਨਹੀਂ ਕਰਵਾ ਰਹੇ ਹੈਗੇ ਗਲੀ ਤੁਸੀਂ ਜਾ ਕੇ ਦੇਖ ਲਓ ਨਾਲੀ ਬਣੀ ਹੋਈ ਆ ਗਲੀ ਪੂਰੀ ਭਾਅ ਜੀ ਕਿਹੜੀ ਪਾਰਟੀ
हाँ नहीं पावे आम पार्टी ने मौका देव कि आम आदमी पार्टी वोट पाना चाहते हो ये पांच साल हो गए ने इतने कांग्रेस का जो राज है की लगता है कि उन्होंने कारगुजारी सही नहीं सी बिल्कुल गलत है इनू पानी वोट असं इन बस आम पार्टी अगर जी कि वोट पाना चाहते हो नहीं आप किसी ने भी नहीं पाना चाहते सो ये जो लोग सके काजी मंडी के ने असी इतने इस जगह के उत्ते मौजूद सके जिन्हें गलबात की है कि काजी मंडी के बेच हालात दिखाए ने कि जेडे लोग ने इस बार किसू वोट जी पाना चाहते हैं होर भी इतने जोड़े लोग ने उन्होंने नाल भी असी नाल दी नाल गलबात जी है वो करन दी कोशिश जी है वो जरूर करांगे इतने लोग जोड़े अक्सर आ जा रहे हैं उन्होंने नाल भी गलबात जी करांगे भाई जी 2022 दी चोणां आ गई ने पता है जी अच्छा जी किन्हां नूं वोट पाना चाहते हो मैं तो भाई मोदी नूं पा सकदा मोदी नूं वोट पाना की कारण की है कारण ये थोड़ा जिहा गरीब आदमी का ध्यान रखा अंकल जी 2022 दी चोणां आ रही ने किस नज़रिए नाल देखते हो कि पार्टी नूं वोट पाना चाहते हो जी पार्टी आ रही जी भैन जो गरीब बंदे नूं कुछ देगी तो उन्हें वोट पै जाएगी और तुसी आप सियाने बंदे हो केजरीवाल भी है उन्हें भी गरंटियां दित्तियां ने एक पासे सिद्धू साहब ने वह भी कह रहे हैं पंजाब मॉडल कि पहल दे रहे हो तुसी जिहड़ी पार्टी दी असीं किसे पार्टी नहीं सी तां राय लैनी है राय लैनी है जी मैं तो कहना जिहड़ा अच्छा काम करेगा उहदे लई मार्केट पब्लिक जाएगी उन्हूं तो इनकार नहीं करेगी पांच साल कांग्रेस भी इस जगह के उत्ते राज कीता है सत्ता दे विच रही है की देखते हो किते कम्मां नूं किन्ने नंबर देना चाहते हो वैसे कांग्रेस के समय में जो इंदिरा गांधी सी राज ते बैठी जी उन्हें बड़ा लम्मा राज कीता है ते लेकिन उहदे समय दे विच गरीब बंदा रज के रोटी खाता सी ते एक बंदा कम करता सी ते छे बंदे खाते सन ते हुण छे बंदे कम करते हैं ते एक बंदा खाता ते इहदों दे कांग्रेस इंदिरा गांधी की पार्टी चंगी सो ये जिहड़े लोग ने जिन्हां दे नाल असीं इत्थे गलबात की है ते हो नाल दी नाल असी अगे जावांगे होर भी जगह ते जाके तुहानूं नाल दी नाल तस्वीरां जिहड़ियां सांझियां करन दी कोशिश करांगे।